ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਅੱਜ ਨਵਾਂ ਬਣਾਇਆ ਗਿਆ ਦਾ ਸੰਸਦ ਭਵਨ ਰਾਸ਼ਟਰ ਕੀ ਸਮਰਪਿਤ ਕੀਤਾ ਉਹ ਬਡਲੇ 7:20 ਮਿੰਟੇ ਪਰ ਨਵੇਂ ਸੰਸਦ ਭਵਨ ਪੁੱਜੇ ਤੇ ਮਹਾਤਮਾ ਗਾਂਧੀ ਹੁੰਦੀ ਪ੍ਰਤਿਮਾ ਪਰ ਪੁਸ਼ਪਾਂਜਲੀ ਅਰਪਿਤ ਕੀਤੀ ਪ੍ਰਧਾਨ ਮੰਤਰੀ ਹੋਰ ਅਧੀਨਮੇ ਦੇ ਕੰਨੇ ਨਵੇਂ ਸੰਸਦ ਭਵਨ ਚ ਦਾਖਲ ਹੋਏ ਉਨੇ ਲੋਕ ਸਭਾ ਅਧਿਆਕਸ਼ ਓਮ ਬਿਰਲਾ ਹੁੰਦੇ ਕੰਨੇ ਮਿਲੀ ਗਏ ਨਵੇਂ ਸੰਸਦ ਭਵਨ ਚ ਸੰਗੋਲ ਸਥਾਪਿਤ ਕੀਤਾ ਅਵਨ ਦੇ ਮਗਰਾ ਸੰਗੋਲ ਕੀ ਨਵੇਂ ਸੰਸਦ ਭਵਨ ਚ ਸਥਾਪਿਤ ਕਰਨੇ ਪ੍ਰੰਤ ਮੋਦੀ ਹੋਰੇ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਇਤੇਪ੍ਰੰਤ ਮੋਦੀ ਉਰੇ ਨਵੇਂ ਸੰਸਦ ਪਵਨ ਦੇ ਨਿਰਮਾਣ ਚ ਸ਼ਾਮਲ ਰਏ ਤੇ ਲੋਕ ਕੰਗੇ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਲੋਕ ਸਭਾ ਅਥੀਖਸ਼ੋਰੇ ਸਰਵ ਤਰਮ ਪ੍ਰਾਰਥਨਾ ਸਭਾ ਚ ਬੀਸਾ ਲੈਤਾ। ਮੋਦੀ ਉਰ ਇਸ ਇਤਿਹਾਸਿਕ ਮੌਕੇ ਪਰ 75 ਪਿੰਦਾ ਇੱਕ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕਰਾਰ ਦਿਨ। ਨਮਾ ਸੰਸਦ ਪਵਨ ਆਤਮ ਨਿਰਭਰਪਾਰ ਦੀਪਾਵਨ ਦਾ ਪ੍ਰਤੀਕ ਜਿਸੇ ਰਿਕਾਰਡ ਸਮੇਚ ਨਿਰਮਾਣ ਸਰਵੰਦੀ ਉੱਚ ਗੁਣਵੱਤਾ ਸਤਰ ਦੇ ਕਰਨੇ ਤਿਆਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਉਰੇ ਸੰਸਦ ਦੇ ਨਵੇਂ ਪਵਨ ਦਾ ਨੀਂ ਪੱਥਰ 10 ਦਸੰਬਰ 2020 ਕੀ ਰੱਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋ ਰਹੇ ਯੁਵਾਇੰਚ ਇੱਕ ਭਾਰਤ ਸ਼੍ਰੇਸ਼ਟ ਭਾਰਤ ਦੀ ਪਾਵਨਾਗੀ ਤਾਕਤ ਦੇਣ ਲਈ ਯੁਵਾ ਸੰਗਮ ਦੇ ਅਨੋਖੇ ਯਤਨ ਦੇਿਸਰਾ ਨਾ ਕੀਤੀ ਹੈ ਅਜਾ ਕਾਸ਼ਵਾਣੀ ਦੇ ਮਨ ਕੀ ਬਾਤ ਕਾਰਕ੍ਰਮ ਰਾਏ ਰਾਸ਼ਟ੍ਰ ਕੀ ਸੰਬੋਧਿਤ ਕਰਦੀ ਹੋਈ ਉਨ੍ਹਾਂ ਆਖਿਆ ਜੇ ਦੇਸ਼ਾਂ ਦੀ ਇਕਤਾ ਤੇ ਬੰਦ ਸਬੰਧਤਾ ਕੀ ਧਿਆਨ ਰੱਖਦੀ ਹੋਈ ਸਿੱਖਿਆ ਮੰਤਰਾਲੇ ਨੇ ਇਹਦੀ ਪਹਿਲ ਕੀਤੀ ਹੈ ਪ੍ਰਧਾਨ ਮੰਤਰੀ ਹੋਰੀ ਆਖਿਆ ਜੇ ਯੁਵਾ ਸੰਗਮ ਦੇ ਰਾਏ ਯੁਵਾ ਦੂਗੇ ਰਾਜ ਦੇ ਸ਼ਹਿਰਾਂ ਤੇ ਗ੍ਰਾਂਚ ਜੰਦੇਨ ਜਿਦੇ ਕੰਨੇ ਉਹਨੇ ਕੀ ਬਖ ਬਖ ਚਾਲੀ ਤੇ ਲੋਕਾਂ ਕੰਨੇ ਮਿਲਨੇ ਦਾ ਮੌਕਾ ਤੁੰਦਾ ਪਰਧਨ ਮੰਤਰੀ ਹੋਰੇਂ ਜਲ ਸੰਗਰਖਣ ਦੀ ਜ਼ਰੂਰਤ ਐ ਪਰ ਜ਼ੋਰ ਦਿੱਤਾ ਤੇ ਇਸ ਦਿਸ਼ਾ ਚ ਕੀਤੇ ਜਾ ਰਹੇ ਜਤਨਾਂ ਦੀ ਚਰਚਾ ਕੀਤੀ। ਮੋਦੀ ਹੋਰੇਂ ਦੇਸ਼ਾ ਚ ਅਜਿੰਦਗਰ 50000 ਸ਼ਮਤ ਤੇ ਅੰਮ੍ਰਿਤ ਸਰੋਵਰ ਦੇ ਨਿਰਮਾਣ ਪਰ ਖੁਸ਼ੀਜ਼ਾਰ ਕੀਤੀ। ਮੋਦੀ ਹੋਰੇਂ ਛੱਤੀਸਗੜ ਦੇ ਬਾਲੋਦ ਜ਼ਿਲ੍ਹੇ ਦੇ ਨੌਜਵਾਨੇ ਪਾਸਿਆ ਪਾਣੀ ਦੀ ਸਾਮ ਸੰਭਾਲ ਲਈ ਚਲਾਏ ਗਏ ਤੇ ਅਭਿਆਨ ਦੀ ਵੀ ਚਰਚਾ ਕੀਤੀ। ਮੋਦੀ ਹੋਰੇਂ ਆਲ ਚ ਗਿਆ ਜਪਾਨ ਦੀ ਯਾਤਰਾ ਦਰਾਨ ਹਿਰੋਸ਼ਿਮਾ ਸ਼ਾਂਤੀ ਸਮਾਰਕ ਅਜਾਇਬ ਘਰ ਦੇ ਦੌਰੇ ਕੀ ਪਾਵੂ ਕੋ ਕਰੀ ਦੇਣੇ ala ਕਰਾਰ ਦਿੱਤਾ। ਪ੍ਰਧਾਨ ਮੰਤਰੀਓ ਨੇ ਸਵਤੰਤਰਤਾ ਸੈਨਾਨੀ ਵੀਰ ਸਵਰ ਕਰੂੰ ਦੀ ਜਨਮ ਦਿਨ ਦੇ ਮੌਕੇ 'ਤੇ ਸ਼ਰਧਾਂਜਲੀ ਅਰਪਿਤ ਕੀਤੀ ਪ੍ਰਧਾਨ ਮੰਤਰੀਓ ਨੇ ਇਹ ਵੀ ਆਖਿਆ ਜੇ ਆਉਂਦੀ 21 ਜੂਨ ਕੀ ਮਨਾਏ ਜਾਣ ਵਾਲੇ ਯੋਗ ਦਿਵਸ ਲਈ ਦੇਸ਼ ਵਿਦੇਸ਼ 'ਚ ਜੋਰ-ਸ਼ੋਰੇ ਤਿਆਰੀਆਂ ਚਲਾ ਕਰਦੀਆਂ ਲੈਫਟਨੈਂਟ ਗਵਰਨਰ ਮਨੋਤ ਸਿਨੌਰੀ ਕੱਲ ਨੂੰ ਦਿੱਲੀ 'ਚ ਨੀਤੀ ਆਯੋਗ ਦੀ ਗਵਰਨਿੰਗ ਕਾਉਂਸਲ ਦੀ 8ਵੀਂ ਬੈਠਕ 'ਚ ਸਹਲਤ ਜਿਹਦੀ ਪ੍ਰਧਾਨਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕਰਾ ਰਹੇ ਹੈ ਇਸ ਮੌਕੇ ਪਰ ਲੈਫਟਨੈਂਟ ਕਵਰਨਰ ਹੁਰੀਆ ਨੇ ਆਖਿਆ ਜਿਸ ਸਮਗਰ ਸੰਗਠਿਤ ਤੇ ਤੇਜ਼ ਰਫਤਾਰ ਵਾਲੇ ਵਿਕਾਸ ਬਾਧ ਦੇ ਕਰਨਾ ਜੰਮੂ ਕਸ਼ਮੀਰ 2047 ਤਕਰ ਭਾਰਤ ਕੇ ਵਿਕਸਿਤ ਰਾਸ਼ਟਰ ਬਣਾਉਣ ਦੇ ਕੰਮ ਚ ਆਪਣਾ ਯੋਗਦਾਨ ਦੀ ਅਰਦਾ। ਅਸਲ ਰਿਪੋਰਟੇ ਮੁਜਬ ਸਿਨਾਉ ਰੇ ਕਿਤੇ ਦੀਆਂ ਸਮਗਰ ਨੀਤੀਆਂ ਤੇ ਸਰਕਾਰ ਪਾਸੇ ਕੀਤੇ ਚਾਰ ਦੇ ਯਤਨੇ ਪਰ ਲੋਪਾਈ ਤੇ ਵਿਕਾਸ ਕਾਰਜਕ੍ਰਮੇ ਕੀ ਲਾਗੂ ਕਰਨੇ ਚ ਦਿੱਤੇ ਚਾਰ ਦੇ ਸਹਿਯੋਗ ਤੇ ਮਾਰਗਦਰਸ਼ਨ ਲਈ ਕੇਂਦਰ ਸਰਕਾਰ ਦਾ ਆਭਾਰ ਵੀ ਜਤਾਇਆ। ਜੇਸਟ ਅਸਟ ਮੀ ਦੇ ਮੌਕੇ ਮਨਾਇਆ ਜਾਣਿਆ ਵਾਲਾ ਸਲਾਨਾ ਖੀਰਪਵਾਨੀ ਮੇਲਾ ਪੂਰੀ ਧਾਰਮਿਕ ਸ਼ਰਧਾ ਤੇ ਜੋਸ਼ ਜਜ਼ਬੇ ਕਰਨੇ ਅੱਜ ਗਾਂਦਰਬਲ ਚ ਤੁਲਮੁਲਾ ਕੁੱਪਵਾੜਾ ਚ ਟਿੱਕਰ ਅਨੰਤਨਾਗ ਚ ਲਕਤੀਪੁਰਾ ਐਸ਼ਮੁਕਮ ਕੁਲਗਾਮ ਚ ਮਾਤਾ ਤ੍ਰਿਪੁਰ ਸੁੰਦਰੀ ਦੇਵਸਰ ਤੇ ਮਾਤਾ ਖੀਰਪਵਾਨੀ ਮਸਗਾਮ ਦੇ ਮੰਦਰੇ ਚ ਲੱਗਾਰਦਾ ਹੈ ਪ੍ਰਸ਼ਾਸਨ ਤੇ ਸੁਰੱਖਿਆ ਬਲੇ ਇਸ ਆਯੋਜਨ ਦੀ ਅਮਨ ਰਮਾਨਦਾਰੀ ਤੇ ਬਵਸਥੇ ਟੰਗਾ ਸਿਰ ਕਰਵਾਉਣ ਲਈ ਸੁੱਧੇ ਬੰਦੂਬਸਤ ਕੀਤੇ ਦਿਨ ਇਸ ਬਰੇ ਦੇਸ਼ ਵਿਦੇਸ਼ ਤਮਾ ਅੰਦਾਜ਼ਨ 60-70 ਹਜ਼ਾਰ ਕਸ਼ਮੀਰੀ ਪੰਡਤਾਂ ਦੇ ਇਸ ਸਾਲਾਨਾ ਮੇਲੇ ਦਰਨ ਕਾਟੀ ਦੇ ਪੰਜ ਮੰਨੇ ਪਰਮੰਨੇ ਦੇ ਮੰਦਰਾਂ ਚ ਦਰਸ਼ਨ ਕਰਨ ਦੀ ਮੀਤ ਹੈ ਜੰਮੂ ਦੇ ਪਵਾਨੀ ਨਗਰ ਜਾਨੀਪੁਰ ਤੇ ਜਗਤੀ ਚ ਮਾਤਾ ਕੀਰ ਪਵਾਨੀ ਉੰਦੇ ਮੰਦਰਾਂ ਚ ਵੀ ਵੱਡਲੇ ਮੂਨੇ ਰਥਮ ਆ ਗਿਆ ਪਖਤੇਂ ਦਾ ਆਉਣਾ ਜਾਣਾ ਲੱਗੇਤਾ ਤੋ ਇ ਲੈਫਟਨੈਂਟ ਗਵਰਨਰ ਮਨੋਤ ਸੇਨੌਰ ਵੀ ਲੋਕਾਂ ਖਾਸ ਕਰਕੇ ਕਸ਼ਮੀਰੀ ਪੰਡਤਾਂ ਕੀ ਕੀਰ ਪਵਾਨੀ ਮੇਲੇ ਦੀਆਂ ਮੁਬਾਰਕਾਂ ਦਿੱਤੀਆਂ ਨ IPL ਦੀ ਚੌਥੀ ਬਾਰੀ ਦੀ ਜੇਤੂ ਟੀਮ ਚੇਨਈ ਸੁਪਰ ਕਿੰਗਸ ਤੇ ਪਿਛਲੀ ਬਾਰੀ ਦੀ ਜੇਤੂ ਟੀਮ ਗੁਜਰਾਤ ਟਾਈਟਨਸ ਵਿਚਕਾਰ ਅੱਜ ਨਰਿੰਦਰ ਮੋਦੀ ਸਟੇਡੀਅਮ 'ਚ IPL 2023 ਦਾ ਫਾਈਨਲ ਮੁਕਾਬਲਾ ਹੋਗਾ। ਜੰਮੂ 'ਚ ਵੀ ਕ੍ਰਿਕਟ ਪ੍ਰੇਮੀ ਲਈ ਅੱਜ ਦਾ ਮੁਕਾਬਲਾ ਬੜਾ ਖਾਸ ਹੋਗਾ। ਜੰਮੂ ਦੇ ਗਾਂਧੀ ਨਗਰ ਵਾਲੇ ਪਦਮਸ਼੍ਰੀ ਪਦਮਾ ਸਚਦੇਵ ਸਰਕਾਰੀ ਕਾਲਜ ਦੇ ਮੈਦਾਨ 'ਚ ਅੱਜ ਸਟੇਡੀਅਮ ਵਾਲਾ ਲੇਖਾਬੰਦੂਬਸਤ ਕੀਤੇ ਗਏ ਦਿਨ ਜਿੱਥੇ ਇੱਕ ਵੱਡੀ ਸਕਰੀਨ 'ਤੇ ਦੁਪਹਿਰੀ ਮਗਰਾ 3:30 ਵਜੇ ਤੋਂ ਫਾਈਨਲ ਮੈਚ ਦਾ ਲਾਈਵ ਪ੍ਰਸਾਰਣ ਕੀਤਾ ਜਾਗ। ਇੱਥੇ ਆਉਣ ਵਾਲੇ ਲਈ ਦਾਖਲਾ ਬਿਲਕੁਲ ਮੁ ਜੰਮੂ ਚ ਸੈਲਸਫਾਤੀ ਸਮਰਥ ਕੀ ਬੜਾ ਵਧਿੰਦੇ ਹੋਈ ਜੰਮੂ ਸ਼ਹਿਰਾ ਦੇ ਬਾਹਰਲੇ ਇਲਾਕੇ ਨਗਰੋਟਾ ਕਾਸ਼ ਬਨਾਇਆ ਗਿਆ ਦਾ ਜੰਬੂ ਜ਼ੂ ਕੱਲ 29 ਮਈ ਗੀ ਆਮ ਜਨਤਾ ਲਈ ਖੋਲੀ ਦਿੱਤਾ ਜਾਗ ਜੰਮੂ ਸ਼ਹਿਰਾ ਕੀ ਬਸਾਨੇ ਵਾਲੇ ਰਾਜਾ ਜੰਬੂ ਲੋਚਨਨ ਦੇ ਨਾਮ ਪਰ ਬਨਾਇਗੇ ਦੇ ਇਸ ਚੜੀਆ ਘਰ ਚ ਮਸਨੂਈ ਚਰਨਾ ਤੇ ਜਨੌਰੇ ਦੀਆਂ ਸਤਾਈ ਮਸ਼ਹੂਰ ਪ੍ਰਜਾਤੀਆਂ ਕੀ ਰੱਖਿਆ ਗਿਆ ਦਾ ਜਿੰਦੇ ਚ ਰਾਇਲ ਬੰਗਾਲ ਟਾਈਗਰ, ਏਸ਼ੀਆਈ ਬੱਬਰ ਸ਼ੇਰ, ਟਿੰਦੂਏ, ਪਾਲੂ ਤੇ ਮਗਰਮੱਛ ਵਗੈਰਾ ਸ਼ਾਮਲ ਨ ਜੰਮੂ ਸ਼ਟਨਾਗਰ ਰਾਸ਼ਟਰੀ ਜਨਾਲੀ ਛੜਕਿਆ ਪਰ ਨਗਰੋਟਾ ਇਲਾਕੇ ਚ 3200 ਕਨਾਲ ਜ਼ਮੀਨ ਪਰ ਬਨਾਇਆ ਗਿਆ ਦਾ ਇਚੜੀਆਕਰ ਉੱਤਰ ਪ੍ਰਦੇਸ਼ ਦਾ ਸਭਨੇਸ਼ ਵੱਡਾ ਚਿੜੀਆਕਰ ਮੰਨਿਆ ਜਾਂਦਾ ਹੈ ਤੇ ਇਹ ਜੰਮੂ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਲਈ ਔਰ ਨਿਧਾਰਨ ਦੇ ਕਨੋਕਨੀ ਆਕਰਸ਼ਣ ਦਾ ਇੱਕ ਵੱਡਾ ਕੇਂਦਰ ਬਣੋਗਾ ਮੌਜੂਦਾ ਸਮੇਂ ਚ 1200 ਕਨਾਲ ਜ਼ਮੀਨ ਪਰ ਟਾਂਚਾ ਖੜੀ ਰਿ ਦਿੱਤਾ ਗਿਆ ਹੈ ਤੇ ਬਾਕੀ ਦਾ ਹਿੱਸਾ ਹੋਰ ਵਿਸਤਾਰਾਸਤੇ ਰੱਖਿਆ ਗਿਆ ਹੈ ਚਿੜੀਆਕਰ ਚ ਬੱਚੇ ਵਾਸਤੇ ਇੱਕ ਮਨੋਰੰਜਨ ਥੀਏਟਰ ਤੇ ਪਾਰਕ ਦੇ ਇਲਾਵਾ ਸੈਲਾਨੀਏ ਦੀ ਸਹੂਲਤਾਸਤੇ ਬੈਟਰੀ ਕਾਰ ਦੀ ਵਿਵਸਥਾ ਵੀ ਹੋਗ ਪਹਿਲੇ ਹਫਤੇ ਦੌਰਾਨ ਚਿੜੀਆਕਰ ਚ ਦਾਖਲ ਹੋਣੇ ਦੀ ਕੋਈ ਟਿਕਟ ਵੀ ਨਹੀਂ ਰੱਖੀ ਗਈ ਹੈ ਇਹ ਦੇ ਕੰਨੇ ਗੇ ਖਬਰੇ ਦਾ ਇਹ ਬੁਲੇਟਿਨ ਸਮਾਪਤ ਹੋਗਾ